ਪਿਛਲੇ ਦਿਨੋਂ 8 ਮਾਰਚ ਨੂੰ ਕਰਾਚੀ ਦੇ ਅੰਦਰ ਇਸਲਾਮਾਬਾਦ ਦੇ ਅੰਦਰ ਬੇਹਯਾਈ ਦੀਆਂ ਰੈਲੀਆਂ ਕੱਢੀਆਂ ਗਈਆਂ। ਅਖਬਾਰ ਨੇ ਲਿਖਿਆ, ਫੇਸਬੁੱਕ ਨੇ ਹਜ਼ਰਤ ਦੱਸਿਆ, ਤੁਸੀਂ ਅਹਬਾਬ ਨੇ ਵੇਖਿਆ, ਖਵਾਤੀਨ ਮੈਦਾਨ ਅੰਦਰ ਆ ਗਈਆਂ। ਕੀ ਸਾਨੂੰ ਹਕੂਕ ਚਾਹੀਦੇ ਨੇ? ਕਾਹਦੇ ਹਕੂਕ ਚਾਹੀਦੇ ਨੇ? ਇੱਕ ਨੇ ਪੋਸਟਰ ਫੜਿਆ, ਮੈਂ ਅਵਾਰਾ, ਮੈਂ ਬਦ ਚੱਲਣ, ਅਸਤਗਫਰੁੱਲਾ ਮਾਜ਼ ਅੱਲਾ, ਖੁਦਾ ਦੀ ਕਸਮ, ਗੈਰਤਾਂ ਦੇ ਜਨਾਜ਼ੇ ਨਿਕਲ ਗਏ। ਦੂਜੀ ਆਉਂਦੀ ਹੈ, ਮੁਝੇ ਸ਼ਾਦੀ ਨਹੀਂ ਕਰਨੀ, ਮੁਝੇ ਔਰ ਬਹੁਤ ਜ਼ਿਆਦਾ ਕੰਮ ਹੈ। ਤੀਸਰੀ ਨੇ ਪੋਸਟਰ ਫੜਿਆ, ਮੈਂ ਟਾਇਰ ਬਦਲ ਲੈਤੀ ਹੂੰ, ਯੇ ਕੋਈ ਕੰਮ ਮੁਸ਼ਕਲ ਨਹੀਂ, ਮੈਂ ਟਾਇਰ ਬਦਲ ਲੈਤੀ ਹੂੰ। ਤੀਸਰੀ ਆਉਂਦੀ ਹੈ, ਨੋ ਬੱਚਾ, ਨੋ ਆਪਰੇਸ਼ਨ, ਕੋਈ ਬੱਚੇ ਨਹੀਂ, ਕੋਈ ਆਪਰੇਸ਼ਨ ਨਹੀਂ ਉਹ ਕਰਾਉਣੇ। ਆਏ ਖੁੰਡੀਆਂ ਰੰਨਾ, ਬੇਹਯਾਤ ਤੇ ਬਦਕਾਰ ਔਰਤਾਂ ਜੋ ਫਹਾਸ਼ੀ ਨੂੰ ਰੂਜ ਦੇ ਰਹੀਆਂ ਨੇ। ਰੱਤੀ ਬਰਾਬਰ ਦਿਲ ਦੇ ਅੰਦਰ ਇਮਾਨ ਦੀ ਦੌਲਤ ਹੁੰਦੀ, ਕੋਈ ਵੀ ਐਸੀ ਔਰਤ ਬਾਹਰ ਨਾ ਹੁੰਦੀ। ਆ ਖੁਦਾ ਦੀ ਕਸਮ, ਇਮਾਨ ਦਾ ਜਨਾਜ਼ਾ ਨਿਕਲ ਗਿਆ। ਕਿੱਧਰ ਗਏ ਮਗਰ ਮਰਦ, ਗੈਰਤਮੰਦ ਭਾਈ, ਗੈਰਤਮੰਦ ਬਾਪ, ਜੋ ਖੁਲਮ ਖੁਲਾ ਛੁੱਟੀ ਦੇ ਦਿੱਤੀ ਹੈ, ਇਹ ਮੁਆਸ਼ਰੇ ਨੂੰ ਤਬਾਹ ਬਰਬਾਦ ਕਰ ਰਹੀਆਂ। ਖੁਦਾਰਾ ਲੋਕੋ ਸਮਝੋ, ਇਹ ਯਹੂਦੋ ਨਸਾਰਾ ਦਾ ਪ੍ਰਪਗੰਡਾ ਹੈ। ਇਹਦੇ ਅੰਦਰ ਅਕਸਰ ਔਰਤਾਂ ਈਸਾਈ ਮਜ਼ਹਬ ਨਾਲ ਤਾਲਕ ਰੱਖਣ ਵਾਲੀਆਂ, ਗੈਰ ਮੁਸਲਿਮ, ਅਕਸਰ ਔਰਤਾਂ ਹਜ਼ਰਤ ਮਿਰਜ਼ਾਈ ਤਬਕੇ ਨਾਲ ਤਾਲੁਕ ਰੱਖਣ ਵਾਲੀਆਂ, ਔਰ ਅਕਸਰ ਖੁਸਰੇ ਤੇ ਖੁਸਰੀਆਂ ਇਕੱਠੀਆਂ ਹੋਈਆਂ ਜੋ ਇਸਲਾਮ ਨੂੰ ਬਦਨਾਮ ਕਰਨਾ ਚਾਹੁੰਦੀਆਂ ਨੇ। ਮੈਂ ਮੁਲਕੇ ਪਾਕਿਸਤਾਨ ਦੀ ਹਕੂਮਤ ਤੋਂ ਅਪੀਲ ਔਰ ਗੁਜ਼ਾਰਿਸ਼ ਕਰਾਂਗਾ, ਐਸੀਆਂ ਔਰਤਾਂ ਨੂੰ ਫੱਟੇ ਚੜ੍ਹਾਇਆ ਜਾਏ, ਇਹਨਾਂ ਨੂੰ ਬੰਦ ਕੀਤਾ ਜਾਏ ਜੋ ਮੁਆਸ਼ਰਾ ਖਰਾਬ ਕਰਕੇ ਇਸਲਾਮ ਨੂੰ ਬਦਨਾਮ ਕਰਨਾ ਚਾਹੁੰਦੀਆਂ ਨੇ। ਔਰ ਮੁਲਕੇ ਪਾਕਿਸਤਾਨ ਦੀ ਪਾਕ ਫੌਜ ਅੱਗੇ ਅਪੀਲ ਕਰਾਂਗਾ, ਜਿਵੇਂ ਦੀਗਰ ਦੁਸ਼ਮਣ ਤਾਕਤਾਂ ਨਾਲ ਮੁਕਾਬਲਾ ਕਰ ਰਹੇ ਹੋ, ਖੁਦਾਰਾ ਇਹ ਅਣਦੇਖੀਆਂ ਤਾਕਤਾਂ ਜੋ ਮੁਲਕ ਅੰਦਰ ਆ ਕੇ ਸ਼ਰਾਰਤਾਂ ਕਰ ਰਹੀਆਂ ਔਰ ਫਿਤਨਾ ਫਸਾਦ ਪਹੁੰਚਾ ਰਹੀਆਂ, ਐਸੀਆਂ ਤਾਕਤਾਂ ਦਾ ਵੀ ਹਿਸਾਬੋ ਕਿਤਾਬ ਕਰੋ। ਇਨਸ਼ਾਅੱਲਾ ਇਹ ਮੁਲਕ ਪਾਕਿਸਤਾਨ ਲਾ ਇਲਾਹਾ ਇਲੱਲਾ ਦੀ ਬੁਨਿਆਦ ਤੇ ਬਣਿਆ ਹੈ। ਇਨਸ਼ਾਅੱਲਾ ਇੱਥੇ ਮੁਸਲਮਾਨ ਬੰਦੇ ਇਸਲਾਮ ਵਾਲੀ ਜ਼ਿੰਦਗੀ ਗੁਜ਼ਾਰਨਗੇ। ਐਸੀ ਬੇਹਯਾਈ ਫਹਾਸ਼ੀ ਜੋ ਔਰਤਾਂ ਉਰੂਜ ਦੀ ਤਰਫ ਪਹੁੰਚਾਣ, ਇੰਜ ਦੀ ਫਹਾਸ਼ੀ ਅਸਾਂ ਚੱਲਣ ਦੇਣੀ? ਬੋਲੋ, ਇਨਸ਼ਾਅੱਲਾ ਮੁਜ਼ੰਮਤ ਕਰਨੇ ਹਾਂ, ਭਰਪੂਰ ਐਸੀਆਂ ਔਰਤਾਂ ਦਾ ਰੱਦ ਕਰਨੇ ਹਾਂ ਜੋ ਖੁਲਮ ਖੁਲਾ ਬਾਹਰ ਤੁਰੀਆਂ ਫਿਰਦੀਆਂ, ਟਾਂਗਾਂ ਖੋਲ ਕੇ ਆਉਂਦੀ, ਲੋ ਮੈਂ ਸਹੀ ਹੋ ਕੇ ਬੈਠ ਗਈ, ਮੈਂ ਟਾਇਰ ਬਦਲ ਲੈਤੀ ਹੂੰ, ਮੁਝੇ ਕੋਈ ਸ਼ਾਦੀ ਵਾਦੀ ਨਹੀਂ, ਅੱਲਾਹ ਮੇਰੀ ਤੋਬਾ। ਮੇਰੇ ਆਕਾ ਫਰਮਾਉਂਦੇ ਨੇ, ਜਿਹੜੀ ਔਰਤ, ਜਿਹੜਾ ਮਰਦ ਸ਼ਾਦੀ ਪੈਗੰਬਰ ਦੀ ਸੁੰਨਤ ਔਰ ਨਿਕਾਹ ਹੈ, ਜਨਾਬ ਬਦਕਾਰੀ ਤੋਂ ਬਚਣ ਦਾ ਬਿਹਤਰੀਨ ਹਜ਼ਰਾ ਜ਼ਰੀਆ ਤਰੀਕਾ ਹੈ, ਜੋ ਇਨਕਾਰ ਕਰਦੀ ਹੈ, ਇਨਕਾਰ ਕਰਦਾ ਹੈ ਮਰਦ, ਹਜ਼ੂਰ ਫਰਮਾਉਂਦੇ ਨੇ ਕੋਈ ਮੇਰੇ ਨਾਲ ਤਾਲੁਕ ਨਹੀਂ, ਮੇਰੀ ਉਮਤ ਨਾਲ ਤਾਲੁਕ ਨਹੀਂ, ਉਹ ਉਮਤ ਮੁਸਲਮਾ ਤੂੰ ਖਾਰਜ ਹੈ। ਆਇੰਦਾ ਜੁਮਾ ਇਨਸ਼ਾਅੱਲਾ ਮੈਂ ਦੱਸਾਂਗਾ ਪਿਆਰੇ ਪੈਗੰਬਰ ਨੇ ਕਿਨ ਕਿਨ ਲੋਕਾਂ ਦੇ ਮੁਤਲਕ ਫਰਮਾਇਆ ਕਿ ਫਲਾਂ ਦਾ ਮੇਰੀ ਉਮਤ ਨਾਲ ਤਾਲੁਕ ਨਹੀਂ, ਫਲਾਂ ਦਾ ਮੇਰੀ ਉਮਤ ਨਾਲ ਤਾਲੁਕ ਨਹੀਂ। ਇਹ ਆਇੰਦਾ ਜੁਮਾ ਵਜ਼ਾਹਤ ਹੋਏਗੀ। ਖਬਰਦਾਰ, ਐਸੀਆਂ ਔਰਤਾਂ ਦਾ ਨਾ ਇਸਲਾਮ ਨਾਲ ਤਾਲੁਕ ਹੈ, ਨਾ ਪੈਗੰਬਰ ਦੀ ਉਮਤ ਨਾਲ ਤਾਲੁਕ ਹੈ, ਦੂਰ ਦੂਰ ਦਾ ਕੋਈ ਤਾਲੁਕ ਨਹੀਂ। ਇਨਸ਼ਾਅੱਲਾ ਜੋ ਫਹਾਸ਼ੀ ਨੂੰ ਉਰੂਜ ਦੇਣ ਵਾਲੇ, ਜੋ ਬੇਹਯਾਈ ਨੂੰ ਉਰੂਜ ਦੇਣ ਵਾਲੇ, ਉਹ ਦੁਨੀਆ ਅੰਦਰ ਵੀ ਜ਼ਲੀਲ ਹੋਣਗੇ ਤੇ ਆਖਰਤ ਨੂੰ ਵੀ। ਆਖਰਤ ਨੂੰ ਮੋਮਣ ਬੰਦੇ ਤੋਂ ਸ਼ਰਮਗਾਵਾਂ ਦੀ ਹਿਫਾਜ਼ਤ ਕਰਨ ਵਾਲੇ ਹੁੰਦੇ ਨੇ। ਕੁਰਾਨ ਆਉਂਦਾ ਹੈ, ਫਰਮਾਇਆ ਵੱਲਸੀਨਾ ਹੁਮ ਲੇ ਅਮਾਨਾਤਿਹਿਮ ਵਾ ਅਹਦੀਹਿਮ ਰਾਉਨ। ਹਜ਼ਰਤ ਗੱਲ ਸੁਣਿਆ ਜੇ, ਇਹ ਅੱਲਾ ਜ਼ੁਲ ਜਲਾਲ ਫਰਮਾ ਰਹੇ ਨੇ, ਵਾਅਦਾ ਪੂਰਾ ਕਰਨ ਵਾਲੇ, ਵਾਅਦਾ ਵਫਾ, ਇਮਾਨਦਾਰ ਵੀ ਕਾਮਯਾਬ। ਔਰ ਦੂਜੀ ਗੱਲ, ਵੱਲਸੀਨਾ ਹੁਮ ਲੇ ਫਰੂਜਹਿਮ ਹਾਫਿਜ਼ੂਲ, ਸ਼ਰਮਗਾਵਾਂ ਦੀ ਹਿਫਾਜ਼ਤ ਕਰਨ ਵਾਲੇ ਮਰਦ। ਹਜ਼ਰਤ ਔਰ ਔਰਤਾਂ, ਇਹ ਮੂਮਨ ਬੰਦੇ ਕਾਮਯਾਬ ਨੇ। ਦੋ ਤਿੰਨ ਗੱਲਾਂ ਔਰ ਸੁਣੋ, ਮੈਂ ਬਾਤ ਮੁਕਾਵਾਂ। ਆਮੀਨਾ ਦੇ ਲਾਲ ਜਨਾਬ ਮੁਹੰਮਦ,
सल्लल्लाहु अलैहि वसल्लम ने फरमाया है, मेरे पाक पैगंबर फरमाते ने कयामत दा दिन होएगा हजरत अली पाक रजी अल्लाह तआला नो हदीस दे रावी ने अली पाक फरमाते ने लोको मेरी तरफ देखो हदीस सुनिया जे हुजूर फरमाते ने मैदान माशर होएगा एक गंदी बदबूदार हवा चल पेगी, इतनी गंदी बदबूदार ऐसी गंदी हवा होएगी जड़े जेदे अंदर नेक और बद गुनेगार भी तकलीफ महसूस करनगे, जड़े मोमन बंदे ने वो भी तकलीफ महसूस करनगे, हर बंदे नु गंदी बदबूदार हवा चलेगी ते बदबू आएगी। फिर एक आवाज मारन वाला पूछेगा लोको क्या जान दो ये बदबू कितों आ रही है, गंदी हवा कितों चल रही है। लोग कहणगे नहीं हो जानते गंदी बदबू कितों आ रही है। जवाब आएगा ये जानी मर्द ते जानिया औरतां, गंदे मर्द गंदियां औरतां, दिन रात बदकारी करन वाले ते बदकारी करन वालियां बीबियां, उन्हां दियां शर्मगावां दी गंदी बदबू है जिहड़ी पूरे मैदाने माशर अंदर लोगों नूं परेशान करके रख दिता है। अल्लाह मेरी तौबा अस्तगफिरुल्लाह। जवाब आएगा ए ओ मर्द ने ओ बीबियां जिहड़े बगैर तौबा तू मर गए, बगैर तौबा तू मर गए। और इत्थे मेरे आका फरमांदे ने एक नहर गोता होएगी, शराबी बंदा जिहड़ा दुनिया ते शराब पींदा है ओनू नहर गोता दे अंदरों पिलाया जाएगा। लोग आंदे ने साथी आंदे ने सोणियो नहर गोता की है, आ सुनो नौजवानों मेरा पैगाम गली गली कर कर पहुंचा दियो, जिहड़ा बंदा शराब पींदा है शराबी बंदा कयामत दा दिन होएगा औरतां गंदियां जिना बदकार बदकारी करन वालियां गंदियां औरतां इन्हां दियां शर्मगावां दे विचों जिहड़ा गंद निकलदा है उंदे प्याले भर भर के मैदाने माशर नू शराबियां नू पिलाए जाणगे, शराबियां नू पिलाए जाणगे। अल्लाह मेरी तौबा, शराब तू तौबा कर ले मैदाने माशर जिल्लत तू बच जाएगा, बदकारी तू तौबा कर ले वरना दुनिया अंदर भी मोहताज होएगा, दुनिया अंदर धियां भैणां कर्जा उतारन गियां, आखरत नू कब्र हशर अंदर जलील होएगा। ओ नौजवानों खुदा दी कसम की फायदा कुरान सुनन दा, की फायदा जुमे पढ़न दा, की फायदा जलसे करवान दा जे असा अमल ही नहीं करना। नौजवान मुंडिया ने मोबाइल फड़े ने गंदियां फिल्मां गंदियां ते नंगियां फिल्मां जिना वेंदे ने अगे पर शेयर करदे ने। खुदारा अल्लाह मेरी तौबा, ओए मुआफियां मंग लो अल्लाह कोल तौबा कर लो, नंगियां फिल्मां वेंदा गंदियां फिल्मां वेंदा गंदियां जुगतां वेंदा इसे हाल अंदर मर जाएगा, कल कयामत नूं की जवाब देवेगा, रब दी अदालत अंदर की जवाब देवेगा। ऐसे जालिम और ऐसे बदकारियां करन वाले बंदे अंजाम की होएगा। सुनो जरा ध्यान नाल, जा बड़े बड़े जालिम मुतकबर ते शोख मिजाजा वाले, बड़े बड़े जालिम मुतकबर शोख मिजाजा वाले, इजराइल होरा ने जिस दम गल विच संगल डाले ते कोई ना बोले, जदों सिपाहियां मार लिया हथ कड़ियां। अजकल मिलसन पकड़न वाले कड लवन सर्ब अड़ियां, आ जा हुण दरवाजा ही खुला ओ नौजवाना, आ जा हुण खुला ही दरवाजा ते ना कर फखर दलेरी, जो दिन गुजरे नेड़े नेड़े ते अजब तैयारी तेरी, थोड़ा अरसा रह गया बाकी थोड़ा अरसा रह गया बाकी ते सूरज रंग वटाया, रात अंधेरी वाला तेनू अजे ख्याल ना आया, अजे तेनू कबर दा ख्याल नहीं, अजे तेनू मौत दा ख्याल नहीं हो, दिन रात बेहयाई अंदर गुजारना है। खुदा दी कसम क्या फायदा इत्थे आंदा।
ਵਾਸ਼ਾਨਾ ਰੱਬ ਰਹਿਮਾਨ ਦੀਆ ਵਾਸ਼ਾਨਾ ਰੱਬ ਰਹਿਮਾਨ ਦੀਆ ਵਾਸ਼ਾਨਾ ਰੱਬ ਰਹਿਮਾਨ